ਮਾਮਲਾ ਜਲੰਧਰ ਦੇ ਸਰਾਬਾ ਨਗਰ ਦੇ ਵਿੱਚ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 20 ਸਾਲਾ ਰਾਹੁਲ ਵਰਮਾ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਪੁਲਿਸ ਡਿਵੀਜ਼ਨ ਨੰਬਰ 8 ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਰਾਹੁਲ ਕੱਲ ਰਾਤ ਆਪਣੀ ਮਤਰਈ ਮਾਂ ਕੋਲ ਸਰਾਬਾ ਨਗਰ ਵਿੱਚ ਆਇਆ ਸੀ ਅਤੇ ਕੱਲ ਰਾਤ ਆਪਣੀ ਮਤਰਈ ਮਾਂ ਕੋਲ ਸਰਾਬਾ ਨਗਰ ਦੇ ਵਿੱਚ ਹੀ ਸੁੱਤਾ ਸੀ ਪਰ ਸਵੇਰੇ ਉਸ ਦੀ ਮ੍ਰਿਤਕ ਦੇਹ ਉਸ ਦੇ ਕਮਰੇ ਵਿੱਚੋਂ ਮਿਲੀ ਅਤੇ ਮ੍ਰਿਤਕ ਦੇਹ ਦੇ ਕੋਲੋਂ 2 ਸਰਿੰਜਾਂ ਵੀ ਬਰਾਮਦ ਹੋਈਆਂ ਐਸਐਚਓ ਮੁਤਾਬਕ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਵਿਸਰਾ ਰਿਪੋਰਟ ਆਉਣ ਤੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ ਹਾਂਜੀ ਸਾਨੂੰ ਸਿਰਫ ਸੂਚਨਾ ਮਿਲੀ ਸੀਗੀ ਕਿ ਇੱਕ ਬੰਦੇ ਨੇ ਡੈਥ ਹੋ ਗਈ ਆ ਅਸੀਂ ਮੌਕੇ 'ਤੇ ਪਹੁੰਚੇ ਸੀ ਉੱਥੇ ਆਪਾਂ ਲਗਾਇਆ ਕਿ ਰਾਹੁਲ ਵਰਮਾ ਆ ਸਨ ਆਫ ਰਾਜਨ ਵਰਮਾ ਇਹਦੀ ਉਮਰ 20 ਸਾਲ ਦੀ ਸੀਗੀ ਇਹ ਪਹਿਲਾਂ ਨੂਰਪੁਰ ਪਿੰਡ 'ਚ ਰਹਿ ਰਿਹਾ ਸੀਗਾ ਇੱਥੇ ਇਹ ਸਰਾਬਾ ਨਗਰ 10 ਦਿਨ ਤੋਂ ਆਇਆ ਸੀ ਆਪਣੀ ਮਤਰਈ ਮਾਂ ਦੇ ਕੋਲ ਜਿਹਨੇ ਬੀਤੀ ਰਾਤ ਆਪਣੇ ਇਹਦੀ ਡੈਥ ਹੋ ਗਈ ਆ ਅਤੇ ਇਹਦੇ ਕੋਲ ਖਾਲੀ ਸੈਨ ਮਿਲੀ ਆ ਦੋ ਖਾਲੀ ਸੈਨਾਂ ਮਿਲੀਆਂ ਉਹ ਅਸੀਂ ਇਹਦੀ ਲਾਸ਼ ਪੋਸਟਮਾਰਟਮ ਲਈ ਲੱਗੇ ਭੇਜਣ ਉਹ ਤਾਂ ਪਤਾ ਲੱਗੂਗਾ ਇਹਦੀ ਮੌਤ ਕਿਉਂ ਹੋਈ ਸਰ ਆਪਣਾ ਨਾਂ ਦੱਸ ਦਿਓ ਹਾਂਜੀ ਨਾਮ ਦੱਸ ਦਿਓ ਆਪਣਾ ਨਾਮ ਪਤਾ ਹੀ ਹਾਂਜੀ ਸਾਨੂੰ ਸਿਰਫ ਸੂਚਨਾ ਮਿਲੀ ਸੀਗੀ ਕਿ ਇੱਕ ਬੰਦੇ ਨੇ ਡੈਥ ਹੋ ਗਈ ਆ ਅਸੀਂ ਮੌਕੇ 'ਤੇ ਪਹੁੰਚੇ ਸੀ ਉੱਥੇ ਆਪਾਂ ਲਗਾਇਆ ਕਿ ਰਾਹੁਲ ਵਰਮਾ ਆ ਸਨ ਆਫ ਰਾਜਨ ਵਰਮਾ ਇਹਦੀ ਉਮਰ 20 ਸਾਲ ਦੀ ਸੀਗੀ ਇਹ ਪਹਿਲਾਂ ਨੂਰਪੁਰ ਪਿੰਡ 'ਚ ਰਹਿ ਰਿਹਾ ਸੀਗਾ ਇੱਥੇ ਇਹ ਸਰਾਬਾ ਨਗਰ 10 ਦਿਨ ਤੋਂ ਆਇਆ ਸੀ ਆਪਣੀ ਮਤਰਈ ਮਾਂ ਦੇ ਕੋਲ ਜਿਹਨੇ ਬੀਤੀ ਰਾਤ ਆਪਣੇ ਇਹਦੀ ਡੈਥ ਹੋ ਗਈ ਆ ਅਤੇ ਇਹਦੇ ਕੋਲ ਖਾਲੀ ਸੈਨ ਮਿਲੀ ਆ ਦੋ ਖਾਲੀ ਸੈਨਾਂ ਮਿਲੀਆਂ ਉਹ ਅਸੀਂ ਇਹਦੀ ਲਾਸ਼ ਪੋਸਟਮਾਰਟਮ ਲਈ ਲੱਗੇ ਭੇਜਣ ਉਹ ਤਾਂ ਪਤਾ ਲੱਗੂਗਾ ਇਹਦੀ ਮੌਤ ਕਿਉਂ ਹੋਈ ਸਰ ਆਪਣਾ ਨਾਂ ਦੱਸ ਦਿਓ ਹਾਂਜੀ ਨਾਮ ਦੱਸ ਦਿਓ ਆਪਣਾ ਨਾਮ ਪਤਾ ਹੀ ਹਾਂਜੀ ਸਾਨੂੰ ਸਿਰਫ ਸੂਚਨਾ ਮਿਲੀ ਸੀਗੀ ਕਿ ਇੱਕ ਬੰਦੇ ਨੇ ਡੈਥ ਹੋ ਗਈ ਆ ਅਸੀਂ ਮੌਕੇ 'ਤੇ ਪਹੁੰਚੇ ਸੀ ਉੱਥੇ ਆਪਾਂ ਲਗਾਇਆ ਕਿ ਰਾਹੁਲ ਵਰਮਾ ਆ ਸਨ ਆਫ ਰਾਜਨ ਵਰਮਾ ਇਹਦੀ ਉਮਰ 20 ਸਾਲ ਦੀ ਸੀਗੀ ਇਹ ਪਹਿਲਾਂ ਨੂਰਪੁਰ ਪਿੰਡ 'ਚ ਰਹਿ ਰਿਹਾ ਸੀਗਾ ਇੱਥੇ ਇਹ ਸਰਾਬਾ ਨਗਰ 10 ਦਿਨ ਤੋਂ ਆਇਆ ਸੀ ਆਪਣੀ ਮਤਰਈ ਮਾਂ ਦੇ ਕੋਲ ਜਿਹਨੇ ਬੀਤੀ ਰਾਤ ਆਪਣੇ ਇਹਦੀ ਡੈਥ ਹੋ ਗਈ ਆ ਅਤੇ ਇਹਦੇ ਕੋਲ ਖਾਲੀ ਸੈਨ ਮਿਲੀ ਆ ਦੋ ਖਾਲੀ ਸੈਨਾਂ ਮਿਲੀਆਂ ਉਹ ਅਸੀਂ ਇਹਦੀ ਲਾਸ਼ ਪੋਸਟਮਾਰਟਮ ਲਈ ਲੱਗੇ ਭੇਜਣ ਉਹ ਤਾਂ ਪਤਾ ਲੱਗੂਗਾ ਇਹਦੀ ਮੌਤ ਕਿਉਂ ਹੋਈ ਸਰ ਆਪਣਾ ਨਾਂ ਦੱਸ ਦਿਓ ਹਾਂਜੀ ਨਾਮ ਦੱਸ ਦਿਓ ਆਪਣਾ ਨਾਮ ਪਤਾ ਹੀ ਹਾਂਜੀ ਸਾਨੂੰ ਸਿਰਫ ਸੂਚਨਾ ਮਿਲੀ ਸੀਗੀ ਕਿ ਇੱਕ ਬੰਦੇ ਨੇ ਡੈਥ ਹੋ ਗਈ ਆ ਅਸੀਂ ਮੌਕੇ 'ਤੇ ਪਹੁੰਚੇ ਸੀ ਉੱਥੇ ਆਪਾਂ ਲਗਾਇਆ ਕਿ ਰਾਹੁਲ ਵਰਮਾ ਆ ਸਨ ਆਫ ਰਾਜਨ ਵਰਮਾ ਇਹਦੀ ਉਮਰ 20 ਸਾਲ ਦੀ ਸੀਗੀ ਇਹ ਪਹਿਲਾਂ ਨੂਰਪੁਰ ਪਿੰਡ 'ਚ ਰਹਿ ਰਿਹਾ ਸੀਗਾ ਇੱਥੇ ਇਹ ਸਰਾਬਾ ਨਗਰ 10 ਦਿਨ ਤੋਂ ਆਇਆ ਸੀ ਆਪਣੀ ਮਤਰਈ ਮਾਂ ਦੇ ਕੋਲ ਜਿਹਨੇ ਬੀਤੀ ਰਾਤ ਆਪਣੇ ਇਹਦੀ ਡੈਥ ਹੋ ਗਈ ਆ ਅਤੇ ਇਹਦੇ ਕੋਲ ਖਾਲੀ ਸੈਨ ਮਿਲੀ ਆ ਦੋ ਖਾਲੀ ਸੈਨਾਂ ਮਿਲੀਆਂ ਉਹ ਅਸੀਂ ਇਹਦੀ ਲਾਸ਼ ਪੋਸਟਮਾਰਟਮ ਲਈ ਲੱਗੇ ਭੇਜਣ ਉਹ ਤਾਂ ਪਤਾ ਲੱਗੂਗਾ ਇਹਦੀ ਮੌਤ ਕਿਉਂ ਹੋਈ ਸਰ ਆਪਣਾ ਨਾਂ ਦੱਸ ਦਿਓ ਹਾਂਜੀ ਨਾਮ ਦੱਸ ਦਿਓ ਆਪਣਾ ਨਾਮ ਪਤਾ ਹੀ ਹੁੰਦਾ